ਸਤਿ ਸ਼੍ਰੀ ਅਕਾਲ ਜੀ ਦੋਸਤੋ, ਕੀ ਹਾਲ ਚਾਲ ਜੀ? ਕਾਰ ਮੇਰੇ ਤੁਹਾਡਾ ਸਵਾਗਤ ਹੈ। ਮੈਂ ਬਲਵਿੰਦਰ ਸਿੰਘ, ਆਪਾਂ ਕਾਰਾਂ ਦੇ ਨਿਊਜ਼ ਰਿਵਿਊਜ਼ ਤੇ ਅਪਡੇਟਸ ਦੀ ਗੱਲਾਂ ਕਰਿਆ ਕਰਦੇ ਹਾਂ ਪੰਜਾਬੀ 'ਚ। ਜਿਨ੍ਹਾਂ ਨੇ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਅੰਤ ਤੱਕ ਦੇਖੋ ਤਾਂ ਕਿ ਸਾਰੀ ਡਿਟੇਲਸ ਸਾਨੂੰ ਪਤਾ ਲੱਗ ਜਾਣ। ਕਿਸੇ ਵੀ ਗੱਡੀ ਬਾਰੇ ਕੋਈ ਵੀ ਰਿਵਿਊ ਹੁੰਦਾ ਉਹ ਲਾਸਟ ਤੱਕ ਦੇਖਿਆ ਕਰੋ ਤਾਂ ਕਿ ਸਾਰੀ ਡਿਟੇਲਸ ਪਤਾ ਲੱਗਣ। ਉਸ ਤੋਂ ਬਾਅਦ ਹੀ ਆਪਾਂ ਕਮੈਂਟਸ ਵੀ ਆਪਾਂ ਗੱਲਾਂ ਕਰੀਏ ਅਤੇ ਡਿਟੇਲ ਵੀ ਗੱਲਾਂ ਕਰੀਏ ਆਪਾਂ ਉਹਦੇ ਬਾਰੇ। ਅਤੇ ਸਬਸਕ੍ਰਾਈਬ ਕਰੋ ਅਤੇ ਨੀਚੇ ਨੋਟੀਫਿਕੇਸ਼ਨ ਬੈਲ ਵੀ ਔਨ ਕਰ ਲਓ ਜਿਨ੍ਹਾਂ ਨੇ ਹਾਲੇ ਤੱਕ ਨਹੀਂ ਸਬਸਕ੍ਰਾਈਬ ਕੀਤਾ। ਤੇ ਚਲੋ ਜੀ, ਅੱਜ ਵੀਡੀਓ ਸ਼ੁਰੂ ਕਰਦੇ ਹਾਂ ਅਸੀਂ। ਵੀਡੀਓ ਅੱਜ ਗੱਲ ਕਰਨ ਲੱਗੇ ਸੀ ਜੀ ਔਡੀ ਬਾਰੇ, ਔਡੀ Q5 ਫੇਸਲਿਫਟ ਵਰਜ਼ਨ, ਹਾਲੇ ਕੱਲ ਹੀ ਲਾਂਚ ਹੋਇਆ। ਤੇ ਇਹਦੇ ਚ ਕੀ ਖਾਸੀਅਤਾਂ ਆਈਆਂ ਨੇ, ਕੀ ਚੀਜ਼ਾਂ ਚ ਨਵੀਆਂ ਨੇ, ਔਰ ਕੀ ਪਰਫਾਰਮੈਂਸ ਹੈ ਗੱਡੀ ਦੀ ਤੇ ਕੀ ਕੀਮਤ ਹੈ ਇਹਦੀ, ਆਪਾਂ ਉਸ ਬਾਰੇ ਗੱਲਾਂ ਕਰਦੇ ਹਾਂ। ਤੇ ਸ਼ੁਰੂ ਕਰਦੇ ਹਾਂ ਜੀ ਔਡੀ Q5 ਬਾਰੇ। ਔਡੀ Q5 ਬੇਸਿਕਲੀ ਡੀਜ਼ਲ ਦੇ ਅੰਦਰ ਹੀ ਆ ਰਹੀ ਹੈ, ਦੋ ਵੇਰੀਐਂਟਸ ਇਹਦੇ ਆ ਰਹੇ ਨੇ, ਆਪਾਂ ਉਹਦੇ ਬਾਰੇ ਗੱਲ ਕਰਦੇ ਹਾਂ। ਤੇ ਫੁੱਲ ਲਗਜ਼ਰੀ ਕਾਰ ਹੈਗੀ ਹੈ, ਕੀਮਤ ਦੀ ਵੀ ਗੱਲ ਕਰਾਂਗੇ ਜੀ। ਇਹਦੀ ਸੈਕਿੰਡ ਜਨਰੇਸ਼ਨ ਔਡੀ Q5 ਹੈ ਜੀ, ਕੀਮਤ ਇਹਦੀ 53.25 ਲੱਖ, ਮਤਲਬ 53.25 ਲੱਖ ਰੁਪਏ ਦੀ ਵੇਰੀਐਂਟ ਹੈਗਾ ਜੀ। ਤੇ ਜਿਹੜੇ ਦੋਨੋਂ ਵੇਰੀਐਂਟ ਨੇ ਉਹਦੇ ਚ ਇੱਕ TDI ਪਲੈਟੀਨਮ ਪਲੱਸ ਤੇ ਇੱਕ TDI ਟੈਕਨੋਲੋਜੀ ਸਿੰਪਲ, ਜਿਹਨੂੰ TDI ਟੈਕਨੋਲੋਜੀ ਜਿਹਨੂੰ ਆਪਾਂ ਬੋਲਦੇ ਹਾਂ, ਉਹ ਵਾਲਾ ਇੱਕ ਮਾਡਲ ਹੈਗਾ। ਦੋਨਾਂ ਦੀ ਕੀਮਤਾਂ ਹੈਗੀਆਂ ਜੀ, ਇੱਕ ਦੀ 53 ਤੇ TDI ਟੈਕਨੋਲੋਜੀ ਦੀ ਕੀਮਤ 57.6, ਯਾਨੀ 57.5 ਲੱਖ ਦੇ ਕਰੀਬ ਕੀਮਤ ਉਹਦੀ ਹੈਗੀ ਹੈ। ਲੈਂਥ ਹੈਗੀ ਜੀ 4663 mm, ਵਿਡਥ 2141 mm, ਹਾਈਟ 1658 mm। ਇਹ ਹੁਣ ਇਹ ਡਾਇਮੈਂਸ਼ਨਸ ਆਪਾਂ ਦੇਖੀਏ ਤਾਂ ਜੋ ਪੁਰਾਣੀ ਔਡੀ Q5 ਆਉਂਦੀ ਸੀ ਉਹਦੇ ਨਾਲੋਂ ਥੋੜੀ ਜਿਹੀ ਵੱਡੀ ਹੋ ਗਈ ਹੈ, ਲੰਬਾਈ ਚੌੜਾਈ ਤੇ ਉਚਾਈ ਦੇ ਅੰਦਰ। ਜਿਵੇਂ ਆਪਾਂ ਕਹਿ ਲਈਏ ਕਿ 344 mm ਲੈਂਥ ਵੱਧ ਗਈ ਹੈ, 261 mm ਵਿਡਥ ਵੱਧ ਗਈ ਹੈ ਤੇ 5 mm ਇਹਦੀ ਹਾਈਟ ਵੱਧ ਗਈ ਹੈ। ਤੇ ਵੀਲ ਬੇਸ ਵੀ ਵੱਧ ਗਿਆ ਜਿਹਦਾ 12 mm ਦੇ ਕਰੀਬ, ਹੁਣ ਟੋਟਲ 2819 mm ਇਹਦਾ ਵੀਲ ਬੇਸ ਹੋ ਗਿਆ। ਹੁਣ ਆਪਾਂ ਇਹਦੇ ਫਰੰਟ ਦੇ ਆਪਾਂ ਗੱਲ ਕਰੀਏ, ਫਰੰਟ ਦੀ ਤੁਸੀਂ ਫੋਟੋ ਦੇਖ ਰਹੇ ਹੋ, ਬੜੀ ਖੂਬਸੂਰਤ ਗੱਡੀ ਲੱਗ ਰਹੀ ਹੈ ਦੇਖਣ ਚ। ਹੈਕਸਾਗਨਲ ਗ੍ਰਿਲ ਹੈਗੀ ਹੈ, ਇਹਦੇ ਅੰਦਰ ਔਡੀ ਦਾ ਲੋਗੋ ਹੈਗਾ। ਤੇ ਜੇ ਆਪਾਂ ਰੀਅਰ ਪ੍ਰੋਫਾਈਲ ਦੀ ਗੱਲ ਕਰੀਏ, ਰੀਅਰ ਪ੍ਰੋਫਾਈਲ ਦੇ ਅੰਦਰ ਨਵੇਂ LED ਟੇਲ ਲੈਂਪਸ ਆ ਗਏ ਨੇ, ਤੇ ਉਹਦੇ ਅੰਦਰ ਡਾਇਨਾਮਿਕ ਟਰਨ ਇੰਡੀਕੇਟਰਸ ਇੰਟੀਗ੍ਰੇਟਡ ਹੋ ਗਏ ਨੇ, ਜਿਹੜੇ ਬਹੁਤ ਖੂਬਸੂਰਤ ਲੱਗ ਰਹੇ ਦੇਖਣ ਨੂੰ। ਸਾਈਡ ਪ੍ਰੋਫਾਈਲ ਜੇ ਆਪਾਂ ਗੱਲ ਕਰੀਏ ਤਾਂ ਪੁਰਾਣੀ Q5 ਦੇ ਵਰਗੀ ਹੀ ਹੈ, ਪਰ ਥੋੜੀ ਲੈਂਥ ਆਪਾਂ ਜਿਹੜਾ ਗੱਲ ਕਰ ਰਹੇ ਸੀ ਕਿ ਜ਼ਿਆਦਾ ਹੋਣ ਕਰਕੇ ਥੋੜੀ ਹੋਰ ਅੱਛੀ ਐਗਰੈਸਿਵ ਜੀ ਲੁੱਕ ਆ ਰਹੀ ਹੈ ਗੱਡੀ ਦੀ। ਤੇ ਇਹ ਗੱਡੀ ਬੇਸਿਕਲੀ ਬੇਸ ਹੈਗੀ ਹੈ ਵੋਕਸਵੈਗਨ ਗਰੁੱਪ ਦੇ MLB ਈਵੋ ਪਲੇਟਫਾਰਮ ਦੇ ਉੱਪਰ, ਜਿਹਦੇ ਉੱਪਰ ਸਾਰੀ ਇਹਨਾਂ ਦੀ ਗੱਡੀਆਂ ਜਿਵੇਂ ਲਾ ਲਓ ਕਿ A4, A5 ਤੇ Q7, ਇਹ ਸਾਰੀਆਂ ਉਹਦੇ ਉੱਪਰ ਹੀ ਬੇਸ ਨੇ। ਉਹਦੇ ਉੱਪਰ ਬੇਸ ਹੋਣ ਕਰਕੇ ਗੱਡੀ ਪਹਿਲੀ ਗੱਡੀ ਨਾਲੋਂ ਤਕਰੀਬਨ 90 ਕਿਲੋ ਘੱਟ ਲਾਈਟ ਵੇਟ ਜਿਵੇਂ ਕਹਿ ਸਕਦੇ ਹੋ ਗਈ ਹੈ, ਉਹਦੇ ਨਾਲ ਐਵਰੇਜ ਤੇ ਪਰਫਾਰਮੈਂਸ ਦਾ ਫਰਕ ਪੈਂਦਾ ਹੈ, ਪਿਕਅਪ ਦਾ ਫਰਕ ਪੈਂਦਾ ਹੈ। ਇਸ ਕਰਕੇ ਗੱਡੀ ਹੋਰ ਥੋੜੀ ਗੌਰ ਕਰਨ ਲਾਇਕ ਹੋ ਗਈ ਹੈ। ਤੇ ਕੈਬਿਨ ਦੇ ਅੰਦਰ ਜੇ ਆਪਾਂ ਦੇਖੀਏ ਤਾਂ ਕੈਬਿਨ ਤਕਰੀਬਨ ਸੇਮ ਜਿਸ ਤਰ੍ਹਾਂ ਔਡੀ ਦੀ ਆਮ ਗੱਡੀਆਂ ਜਿਹੜੀਆਂ ਨੋਰਮਲ ਗੱਡੀਆਂ ਹੁਣ ਆ ਰਹੀਆਂ ਨੇ ਉਹਨਾਂ ਵਰਗਾ ਹੀ ਹੈ। ਵੈਲਕਮ ਹੈ, ਬਹੁਤ ਅੱਛੀ ਚੀਜ਼ ਹੈ, ਕੋਈ ਮਾੜੀ ਚੀਜ਼ ਨਹੀਂ ਹੈ। ਔਡੀ ਦੇ ਅੰਦਰ ਇੰਟੀਰੀਅਰ ਬੜਾ ਖੂਬਸੂਰਤ ਹੈ ਜਿਹੜਾ ਇਹਦੇ ਅੰਦਰ ਹੁਣ ਇਸ ਟਾਈਮ ਜਿਹੜਾ ਆ ਰਿਹਾ, ਜਿਵੇਂ ਕੱਲ੍ਹ ਕੋਈ ਡੋਅਲ ਟੋਨ ਫਿਨਿਸ਼ਿੰਗ ਸਿਸਟਮ ਸੀ ਪਹਿਲਾਂ, ਹੁਣ ਉਹ ਨਹੀਂ ਮਿਲ ਰਿਹਾ। ਹੁਣ ਜਿਹੜਾ ਅਪ ਡਾਊਨ ਜਿਹੜਾ ਕਹਿੰਦੇ ਕਿ ਉੱਪਰ ਨੀਚੇ ਵਿੱਚ ਮਰਜ ਹੋ ਜਾਂਦਾ ਸੀ ਡੈਸ਼ਬੋਰਡ ਦੇ ਅੰਦਰ, ਉਹ ਮਿਸਿੰਗ ਹੈ। ਹੁਣ ਟੱਚ ਸਕਰੀਨ ਨਹੀਂ ਰਿਹਾ, ਉਹ ਥੱਲੇ ਪੈਡ ਹੈਗਾ, ਉਹਦੇ ਅੰਦਰ ਆਪਾਂ ਉਹਦੇ ਤੋਂ ਟੱਚ ਕਰਕੇ ਓਪਰੇਟ ਕਰਦੇ ਹਾਂ ਉਹਨੂੰ। ਤੇ 7 ਇੰਚ ਦਾ ਜਿਹੜਾ ਸਿਸਟਮ ਹੈਗਾ ਉਹ ਹੈਗਾ ਜੀ ਔਡੀ MMI ਇੰਟਰਫੇਸ ਦੇ ਨਾਲ ਕਨੈਕਟਡ ਹੈਗਾ ਉਹ ਸਿਸਟਮ, ਜਿਹੜਾ ਕਿ ਬੈਂਗ ਐਂਡ ਓਲਿਫਸਨ ਦੇ ਸਾਊਂਡ ਸਿਸਟਮ ਨਾਲ ਚੱਲਦਾ ਹੈ। ਸਾਊਂਡ ਸਿਸਟਮ ਬੜਾ ਸ਼ਾਨਦਾਰ ਹੈ, ਬੜਾ ਅੱਛੀ ਸਾਊਂਡ ਕੁਆਲਿਟੀ ਹੈਗੀ ਹੈ ਇਹਦੀ। ਤੇ 3-zone ਕਲਾਈਮੇਟ ਕੰਟਰੋਲ, ਵਾਇਰਲੈਸ ਮੋਬਾਈਲ ਚਾਰਜਿੰਗ ਯੂਨਿਟ, ਵਰਚੁਅਲ ਕਾਕਪਿਟ ਇੰਸਟਰੂਮੈਂਟ ਕਲਸਟਰ, ਪੈਨੋਰਮਿਕ ਸਨਰੂਫ, ਇਹ ਚੀਜ਼ਾਂ ਇਹਦੇ ਅੰਦਰ ਸ਼ੁਮਾਰ ਨੇ ਫੀਚਰਸ ਦੇ ਅੰਦਰ। ਤੇ ਆਪਾਂ ਜੇ ਸੇਫਟੀ ਦੀ ਗੱਲ ਕਰੀਏ, ਸੇਫਟੀ ਦੇ ਅੰਦਰ 5-star ਇਹਨੂੰ ਮਿਲੇ ਨੇ ਯੂਰੋ NCAP ਦੇ ਅੰਦਰ, 8 airbag, ਔਡੀ ਪਾਰਕਿੰਗ ਸਿਸਟਮ, ਰਿਵਰਸ ਪਾਰਕਿੰਗ ਕੈਮਰਾ, ਆਟੋ ਹੋਲਡ ਫੰਕਸ਼ਨ, ਇਲੈਕਟ੍ਰੋਮੈਗਨੈਟਿਕ ਪਾਰਕਿੰਗ ਬ੍ਰੇਕਿੰਗ, ਟਾਇਰ ਮੋਨੀਟਰਿੰਗ ਸਿਸਟਮ, ਇਹ ਚੀਜ਼ਾਂ ਸਾਰੀਆਂ ਇਹਦੀ ਸੇਫਟੀ ਪੈਕ ਦੇ ਅੰਦਰ ਸ਼ੁਮਾਰ ਨੇ, ਤਾਂ ਕਰਕੇ ਹੀ ਇਹਨੂੰ 5-star ਮਿਲੇ ਨੇ। ਇਹਦੇ ਅਲੋਏ ਵੀਲਸ ਬੜੇ ਖੂਬਸੂਰਤ ਲੱਗ ਰਹੇ ਨੇ ਦੇਖਣ ਨੂੰ, ਗੱਡੀ ਇੱਕ ਪੂਰੀ ਅਪੀਲ ਕਰਦੀ ਹੈ, ਗੱਡੀ ਅੱਛੀ ਲੱਗ ਰਹੀ ਹੈ ਦੇਖਣ ਨੂੰ। ਤੇ ਉਸ ਤੋਂ ਬਾਅਦ ਜੇ ਆਪਾਂ 2 liter ਜਿਹੜਾ ਇੰਜਨ ਆਪਾਂ ਗੱਲ ਕਰ ਰਹੇ ਸੀ, ਇੰਜਨ 2 liter ਦਾ ਹੀ ਇਹਦੇ ਅੰਦਰ ਆ ਰਿਹਾ, ਜਿਹਦੇ ਅੰਦਰ 190 PS ਪਾਵਰ ਹੈਗੀ ਹੈ, ਜਿਹੜੀ 400 NM ਦੀ ਟੋਪ, 7-speed ਡੋਅਲ ਕਲੱਚ ਦੇ ਨਾਲ, 4-wheel ਜਿਹਨੂੰ ਕੁਆਟਰੋ ਟੈਕਨੋਲੋਜੀ ਜਿਹੜੀ ਇਹ ਬੋਲਦੇ ਨੇ, ਉਹ 4-wheel ਡਰਾਈਵ ਦੇ ਅੰਦਰ ਹੈਗੀ ਹੈ। ਇਸ ਕਰਕੇ ਇਹਦੀ ਪਰਫਾਰਮੈਂਸ ਬੜੀ ਅੱਛੀ ਆ ਜਾਂਦੀ ਹੈ। ਇੰਜਨ ਦੇ ਅੰਦਰ ਕੋਈ ਐਸੀ ਹਾਰਸ਼ਨੈਸ ਨਹੀਂ ਹੈਗੀ, ਅਗਰ ਆਪਾਂ ਰੈਵ ਵੀ ਕਰਦੇ ਜ਼ਿਆਦਾ RPM ਦੇ ਉੱਪਰ ਉਹਨੂੰ, ਤਾਂ ਕੋਈ ਐਸੀ ਇੰਜਨ ਦੀ ਸਾਊਂਡ ਜਾਂ ਕੋਈ ਕਲਟਰਿੰਗ ਵਗੈਰਾ ਕੋਈ
ਕੈਬਿਨ ਅੰਦਰ ਨਹੀਂ ਆਉਂਦੀ, ਇਨਸੂਲੇਸ਼ਨ ਬੜੀ ਅੱਛੀ ਕੀਤੀ ਹੋਈ ਹੈ, ਬੜਾ ਕੁਆਇਟ ਇੰਜਨ ਹੈਗਾ ਹੈ। ਅਤੇ ਜੇ ਆਪਾਂ ਸਪੀਡ ਦੀ ਗੱਲ ਕਰੀਏ 0 to 100 ਇਹ 7.1 ਸੈਕਿੰਡ ਦੇ ਅੰਦਰ ਹੋ ਜਾਂਦੀ ਹੈ। ਅਤੇ ਜੇ ਔਡੀ ਦੀ ਕਲੇਮ ਦੀ ਗੱਲ ਕਰੀਏ ਫਿਊਲ ਇਕੋਨਮੀ ਦੀ, ਤਾਂ 17 ਦੀ ਐਵਰੇਜ ਕਲੇਮ ਕਰਦੇ ਨੇ, ਜੋ ਕਿ ਬਹੁਤ ਅੱਛੀ ਹੈ ਇਸ ਸੈਗਮੈਂਟ ਦੀ ਔਰ ਇਸ ਟਾਈਪ ਦੇ ਇੰਜਨ ਵਾਸਤੇ ਅੱਛੀ ਹੈ ਐਵਰੇਜ ਜਿਹੜੀ ਕਲੇਮ ਕਰ ਰਹੇ ਨੇ। ਉਹ ਮੇਰੇ ਹਿਸਾਬ ਨਾਲ ਇੰਨੀ ਹੋਣੀ ਵੀ ਚਾਹੀਦੀ ਹੈ, 1500 ਦੀ ਦੇਗੀ ਗੱਡੀ ਹੈ, ਹੈਵੀ ਅੱਛੀ ਗੱਡੀ ਹੈ। ਹੁਣ ਇਹਦੇ ਰਾਈਵਲਸ ਦੀ ਗੱਲ ਕਰੀਏ, ਰਾਈਵਲਸ ਵੀ ਤਾਂ ਹੋਣਗੇ ਜੇ ਗੱਡੀ ਇੱਕ ਹੈਗੀ ਹੈ ਤਾਂ ਉਹਦੇ ਕੰਪੀਟੀਸ਼ਨ 'ਚ ਗੱਡੀਆਂ ਬਹੁਤ ਖੜੀਆਂ ਨੇ। ਗੱਡੀ ਕਿਉਂ ਕਿਹੜੀ ਕਿਹੜੀ ਖੜੀ ਹੈ ਜੀ? ਮਰਸੀਡੀਜ਼ ਵਾਲੇ ਦੀ, ਮਰਸੀਡੀਜ਼ ਬੈਂਸ ਦੀ GLC ਖੜੀ ਹੈ, BMW X3 ਖੜੀ ਹੈ, ਲੈਕਸਸ NX ਬੋਬ ਖੜੀ ਹੈ, ਵੋਲਵੋ XC60 ਖੜੀ ਹੈ। ਇਹ ਗੱਡੀਆਂ ਕੰਪੀਟੀਸ਼ਨ 'ਚ ਬੜਾ ਅੱਛਾ ਕਰ ਰਹੀਆਂ ਨੇ। ਵੋਲਵੋ ਆਪਣੀ ਇੱਕ ਖਾਸੀਅਤ ਲੈ ਕੇ ਖੜੀ ਹੋਈ ਹੈ, BMW ਇੱਕ ਆਪਣੀ ਖਾਸੀਅਤ ਲੈ ਕੇ, ਹੁਣ ਇਹ ਦੇਖੀਏ ਕਿ ਇਹ ਗੱਡੀ ਕਿੰਨਾ ਕੁ ਇਹਨਾਂ ਵਾਸਤੇ ਪਰਫਾਰਮ ਕਰ ਪਾਏਗੀ ਹੁਣ। ਅਤੇ ਜੇ ਆਪਾਂ ਗੱਲ ਲਗਜ਼ਰੀ ਗੱਲ ਕਰੀਏ, GLC 'ਚ ਥੋੜ੍ਹੀ ਲਗਜ਼ਰੀ ਜ਼ਿਆਦਾ ਹੈਗੀ ਹੈ ਮਰਸੀਡੀਜ਼ GLC 'ਚ। ਡਿਸਕਵਰੀ ਦੇ ਅੰਦਰ ਸੀਟਿੰਗ ਕੰਫਰਟ ਜ਼ਿਆਦਾ ਹੈਗਾ, ਉਹ ਦੇਖੋ ਹੁਣ ਚੀਜ਼ਾਂ ਉਹ ਚੀਜ਼ਾਂ ਦੇ ਨਾਲ ਕੰਪੀਟੀਸ਼ਨ 'ਚ ਕਿੱਥੇ ਖੜੀਆਂ ਹੁੰਦੀਆਂ, ਕੀਮਤ ਕੀ ਵਾਜਿਬ ਹੈ ਨਹੀਂ ਹੈ, ਆਪਾਂ ਉਹਦੇ ਬਾਰੇ ਗੱਲਾਂ ਕਰ ਰਹੇ ਹਾਂ। ਅਤੇ ਗੱਲ ਤੁਹਾਨੂੰ ਦੱਸਣੀ ਭੁੱਲ ਗਿਆ, ਜਿਹੜੇ ਇੰਟੀਰੀਅਰ ਦੇ ਅੰਦਰ ਡਰਾਈਵਰ ਸੀਟ ਤਾਂ ਬੜੀ ਅੱਛੀ ਹੈ, ਕੰਫਰਟੇਬਲ ਹੈ, ਹਾਈਟ ਐਡਜਸਟਮੈਂਟ ਵੀ ਅੱਛੀ ਹੈ, ਤੁਸੀਂ ਆਪਣੇ ਹਿਸਾਬ ਨਾਲ ਟੋਨ ਨਾਲ ਸੈੱਟ ਕਰ ਸਕਦੇ ਹੋ। ਪਰ ਰੀਅਰ ਸੀਟ ਦੇ ਉੱਪਰ 'ਚ ਜਿਹੜਾ ਸੈਂਟਰ ਟਨਲ ਹੈਗਾ ਉਹਦੇ ਅੰਦਰ ਹੰਪ ਹੈਗਾ, ਹਾਈਟ ਵੀ ਅੱਛੀ ਖਾਸੀ ਉਸ ਹੰਪ ਦੀ, ਅਤੇ ਇਸ ਕਰਕੇ ਆਪਾਂ ਕਹਿਣ ਦਾ ਮਤਲਬ ਕਿ ਦੋ ਹੀ ਪੈਸੈਂਜਰਸ ਵਾਸਤੇ ਜਗ੍ਹਾ ਹੈਗੀ, ਇੱਕ ਚੌੜਾ ਜਿਹਾ ਆਰਮਰੈਸਟ ਵੀ ਹੈਗਾ, ਅਗਰ ਉਹ ਆਪਾਂ ਥੱਲੇ ਕਰ ਲੈਂਦੇ ਹਾਂ ਤਾਂ ਬਹੁਤ ਅੱਛੀ ਇੱਕ ਲਗਜ਼ਰੀ ਫੀਲਿੰਗ ਆਉਂਦੀ ਹੈ। ਪਰ ਹੈ ਉਹ ਦੋ ਅਡਲਟ ਪਰਸਨ ਵਾਸਤੇ ਹੀ ਹੈ, 6 ਜਾਂ 7 ਸਾਲ ਦਾ ਬੱਚਾ ਹੀ ਬੈਠ ਸਕਦਾ ਸੈਂਟਰ 'ਚ, ਵੈਸੇ ਦਿੱਕਤ ਹੈਗੀ ਤੀਜੇ ਬੰਦਾ ਬੈਠਣ ਵਾਸਤੇ। ਅਤੇ ਜੇ ਆਪਾਂ ਵੈਸੇ ਗੱਲ ਕਰੀਏ ਟਸਕਰੀਨ ਤੁਹਾਨੂੰ ਦੱਸਿਆ ਵੀ ਉਹ ਮਿਸ ਹੈਗਾ ਇਹਦੇ ਅੰਦਰ, ਅਤੇ ਕੇਬਿਨ ਇਹਦਾ ਅੱਛਾ ਹੈ। ਅਤੇ ਜੇ ਆਪਾਂ ਗਲਾਸ ਏਰੀਆ ਦੀ ਗੱਲ ਕਰੀਏ, ਗਲਾਸ ਏਰੀਆ ਬੜਾ ਸ਼ਾਨਦਾਰ ਹੈ ਇਹਦਾ। ਦੇਖੋ ਇੱਕ ਤਾਂ ਪੈਨੋਰਮਿਕ ਸਨਰੂਫ ਆ ਗਈ, ਦੂਸਰਾ ਗਲਾਸ ਏਰੀਆ, ਵੱਡੇ ਵੱਡੇ ਗਲਾਸ ਏਰੀਆ, ਫਰੰਟ ਦਾ ਏਰੀਆ ਬੜਾ ਸ਼ਾਨਦਾਰ ਹੈ, ਰੀਅਰ ਗਲਾਸ ਬੜਾ ਖੂਬਸੂਰਤ ਹੈ, ਬਹੁਤ ਵੱਡਾ ਗਲਾਸ ਹੈ, ਸਾਈਡਾਂ ਦੇ ਡੋਰ ਗਲਾਸਿਸ ਬੜੇ ਅੱਛੇ ਨੇ, ਇਸ ਕਰਕੇ ਤਾਂ ਰੂਮੀ ਏਰੀਆ, ਰੂਮੀ ਕੈਬਿਨ ਤਾਂ ਬਣ ਜਾਂਦਾ। ਅਤੇ ਕੁੱਲ ਮਿਲਾ ਕੇ ਗੱਡੀ ਦੀ ਅਪਡੇਟ ਆਈ ਹੈ, ਬਹੁਤ ਅੱਛੀ ਹੈ, ਲਾਈਟ ਵੇਟ ਹੋਣ ਕਰਕੇ, ਸੇਫਟੀ ਸਟੈਂਡਰਡਸ ਬਹੁਤ ਅੱਛੇ ਹੋਣ ਕਰਕੇ, ਇੰਜਨ ਨੋਇਸ ਘੱਟ ਹੋਣ ਕਰਕੇ, ਇਨਸੂਲੇਸ਼ਨ ਬੜੀ ਵਧੀਆ ਹੋਣ ਕਰਕੇ ਗੱਡੀ ਬਹੁਤ ਖੂਬਸੂਰਤ ਬਣ ਗਈ ਹੈ, ਬਹੁਤ ਅੱਛੀ ਪਕੜ ਬਣਾਉਣ ਦੀ ਮੇਰੇ ਹਿਸਾਬ ਨਾਲ ਇਹ ਗੁੰਜਾਇਸ਼ ਆ ਗਈ ਹੈ ਗੱਡੀ ਦੇ ਅੰਦਰ। ਉਮੀਦ ਕਰਦਾ ਗੱਡੀ ਜਿਹਨਾਂ ਜਿਹੜੀ ਵੀ ਲੈਣ ਦਾ ਚੱਲਣਾ ਚਾਹੁੰਦੇ ਨੇ ਉਹਨਾਂ ਵਾਸਤੇ ਖਰੀ ਉਤਰੇਗੀ ਉਹਨਾਂ ਦੀ ਉਮੀਦਾਂ ਉੱਪਰ ਗੱਡੀ। ਅਤੇ ਅੱਜ ਦੀ ਵੀਡੀਓ ਚੱਲ ਰਹੀ ਹੈ ਜੀ, ਵੀਡੀਓ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਸ਼ੁਕਰੀਆ। ਵੀਡੀਓ ਪਸੰਦ ਆਏ ਤਾਂ ਪਲੀਜ਼ ਲਾਈਕ ਕਰੋ, ਨਹੀਂ ਪਸੰਦ ਆ ਤਾਂ ਡਿਸਲਾਈਕ, ਕਮੈਂਟਸ 'ਚ ਆਪਾਂ ਗੱਲਾਂ ਕਰੀਏ, ਅਤੇ ਜਿਹਨਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ। ਅਤੇ ਹਾਂ, ਬੰਦ ਕਰਨ ਤੋਂ ਪਹਿਲਾਂ ਇੱਕ ਵਾਰੀ ਲਾਈਕ ਦਾ ਬਟਨ ਜ਼ਰੂਰ ਦਬਾ ਦਿਓ, ਤਾਂ ਕਿ ਸਾਨੂੰ ਪਤਾ ਲੱਗੇ ਕਿੰਨਾ ਪਿਆਰ ਤਾਂ ਖੈਰ ਤੁਸੀਂ ਬਹੁਤ ਦੇ ਰਹੇ ਹੋ, ਪਰ ਲਾਈਕਸ ਨਾਲ ਇੰਨਾ ਹੁੰਦਾ ਕਿ ਸਾਡਾ ਵੀ ਥੋੜ੍ਹਾ ਹੌਸਲਾ ਵੱਧਦਾ ਹੈ ਕਿ ਹੋਰ ਵੀਡੀਓਜ਼ ਆਪਾਂ ਨਵੇਂ ਤੋਂ ਨਵੇਂ ਨਵੀਂ ਨਵੀਂ ਚੀਜ਼ਾਂ ਬਾਰੇ ਵੀਡੀਓਜ਼ ਬਣਾਈਏ। ਥੈਂਕ ਯੂ।